ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਿਹਾ ਹੈ ਕਿ ਆਪ ਦੇ ਸਾਰੇ ਵਿਧਾਇਕ ਕਿਸਾਨਾਂ ਦੀ ਸਮੱਸਿਆਵਾਂ ਨੂੰ ਜਾਣਦੇ ਨੇ ਜਿਸ ਕਾਰਨ ਉਹ ਕਿਸਾਨਾਂ ਨੂੰ ਪੱਕੇ ਮੋਰਚੇ ਲਾਉਣ ਦੀ ਨੌਬਤ ਨਹੀਂ ਆਉਣ ਦੇਣਗੇ। ਵਿਧਾਇਕਾਂ ਨੇ ਇਹ ਵੀ ਕਿਹਾ ਹੈ ਕਿ ਕੁਝ ਮੰਗਾਂ ਨੂੰ ਲੈ ਕੇ ਕਿਸਾਨਾਂ ਤੇ ਸੀਐਮ ਦਰਮਿਆਨ ਸਹਿਮਤੀ ਬਣੀ ਹੈ ਤੇ ਬਾਕੀ ਰਹਿੰਦੀਆਂ ਮੰਗਾਂ ਵੀ ਜਲਦ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਔਰ ਵਿਧਾਇਕ ਨੇ ਇਸ ਦੌਰਾਨ ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕਰਦਿਆਂ ਕਿਸਾਨਾਂ ਦੇ ਸੰਬੰਧੀ ਭਵਿੱਖ ਦੀਆਂ ਕਈ ਹੋਰ ਗੱਲਾਂ ਨੂੰ ਲੈ ਕੇ ਵੀ ਚਾਨਣਾ ਪਾਇਆ। ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਮੋਗਾ ਤੋਂ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਮੈਮ, ਕੀ ਲੱਗਦਾ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਰਹਿ ਗਈਆਂ ਨੇ ਉਹ ਪੂਰੀਆਂ ਹੋਣਗੀਆਂ ਜਾਂ ਨਹੀਂ, ਤੇ ਕੀ ਮੰਗਾਂ ਸੀ ਕਿਸਾਨ? ਸਤਿ ਸ਼੍ਰੀ ਅਕਾਲ ਜੀ। ਦੇਖੋ, ਅਸੀਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ, ਅਸੀਂ ਬਿਲਕੁਲ ਕਿਸਾਨਾਂ ਦੇ ਨਾਲ ਹਾਂ, ਅਤੇ ਕਿਉਂਕਿ ਸਾਡਾ ਸਭ ਦੇ ਬੈਕਗਰਾਊਂਡ ਜਿਹੜਾ ਹੈਗਾ, ਸਾਡੇ ਪੁਰਖ ਵੀ ਜਿਹੜੇ ਹੈਗੇ ਆ ਉਹ ਕਿਸਾਨੀ, ਅਤੇ ਕਿਸਾਨੂੰ ਸਾਰੀਆਂ ਮੁਸ਼ਕਲਾਂ ਤੋਂ ਅਸੀਂ ਜਾਣੂ ਹਾਂ ਕਿ ਕਿਸਾਨਾਂ ਨੂੰ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ। ਜੋ ਝੋਨੇ ਦੀ ਬਿਜਾਈ ਦੀ ਜਿਹੜੀ 18 ਤਰੀਕ ਰੱਖੀ ਸੀਗੀ, ਉਹ ਆਪਾਂ ਨੂੰ ਸਭ ਨੂੰ ਪਤਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਪਾਣੀ ਦਾ ਸਤਰ ਹੈਗਾ ਉਹ ਦਿਨੋ ਦਿਨ ਜਿਹੜਾ ਹੈਗਾ ਉਹ ਬਹੁਤ ਨੀਵਾਂ ਹੁੰਦਾ ਜਾ ਰਿਹਾ। ਸੋ ਅਸੀਂ ਇੱਕ ਬੇਨਤੀ ਕਰ ਰਹੇ ਹਾਂ, ਰਿਕੁਐਸਟ ਕਰ ਰਹੇ ਹਾਂ ਸਾਰੇ ਕਿਸਾਨਾਂ ਨੂੰ ਕਿ ਜਿਹੜੀ ਝੋਨੇ ਦੀ ਫਸਲ ਹੈਗੀ ਹੈ ਉਹ ਬਿਨਾਂ ਕੱਦੂ ਕੀਤੇ ਜਿਹੜੀ ਹੈਗੀ ਹੈ ਸਿੱਧੀ ਬਿਜਾਈ ਕੀਤੀ ਜਾਵੇ। ਸੋ ਉਸਨੂੰ ਦੇਖਦੇ ਹੀ ਕੁਛ ਫੈਸਲੇ ਪੰਜਾਬ ਦੇ ਹਿੱਤ ਦੇ ਵਿੱਚ ਲੱਤੇ ਗਏ ਸੀਗੇ। ਪਰ ਜਿਸ ਤਰ੍ਹਾਂ ਮੂੰਗੀ ਦੇ ਜਿਹੜੀ MSP ਹੈਗੀ ਆ ਉਹ ਆਲਰੇਡੀ, ਅਸੀਂ ਤਾਂ ਸਾਡੇ ਪਾਰਟੀ ਸਾਡੇ ਮਾਨ ਸਾਹਿਬ ਨੇ ਪਹਿਲਾਂ ਹੀ ਜਿਹੜਾ ਅਨਾਊਂਸ ਕਰ ਦਿੱਤਾ ਸੀਗਾ ਕਿ ਜਿਹੜੀ 3 ਮਹੀਨਿਆਂ ਦੇ ਵਿੱਚ ਮੂੰਗੀ ਦੀ ਫਸਲ ਹੋ ਜਾਂਦੀ ਹੈ, ਸੋ ਉਸ 'ਤੇ ਅਸੀਂ MSP ਵੀ ਦੇਵਾਂਗੇ। ਕਿ ਸਾਰੇ ਕਿਸਾਨਾਂ ਨੂੰ ਇੱਕ ਬੇਨਤੀ ਕੀਤੀ ਹੈ ਕਿ ਮੂੰਗੀ ਦੀ ਫਸਲ ਜਿਹੜੀ ਹੈਗੀ ਉਹ ਲਗਾਈ ਜਾਵੇ ਪੰਜਾਬ ਦੇ ਵਿੱਚ, ਤਾਂ ਕਿ ਜਦੋਂ ਬਰਸਾਤਾਂ ਦਾ ਟਾਈਮ ਆ ਜਾਂਦਾ ਉਦੋਂ ਝੋਨੇ ਦੀ ਫਸਲ ਲਗਾਈ ਜਾਵੇ, ਤਾਂ ਕਿ ਆਪਾਂ ਆਪਣੇ ਪੰਜਾਬ ਦਾ ਪਾਣੀ ਸੇਵ ਕਰ ਸਕੀਏ। ਸੋ ਅਸੀਂ ਕਿਸਾਨਾਂ ਤੋਂ ਬਾਹਰ ਨਹੀਂ, ਅਸੀਂ ਖੁਦ ਸਾਰੇ ਹੀ ਜਿੰਨੇ ਸਾਡੇ MLAs ਹੈਗੇ ਆ, ਅਸੀਂ ਸਾਰੇ ਕਿਸੇ ਨਾ ਕਿਤੇ ਕਿਸੇ ਦਾ ਬੈਕਗਰਾਊਂਡ ਕਿਸਾਨੀ ਪਰਿਵਾਰ ਦੇ ਨਾਲ ਜ਼ਰੂਰ ਜੁੜਿਆ ਹੋਇਆ। ਅਸੀਂ ਤਾਂ ਕਿਸਾਨ ਦੇ ਪਰਿਵਾਰ 'ਚੋਂ ਹੀ ਹਾਂ। ਸੋ ਕਿਸਾਨਾਂ ਦੀਆਂ ਜਿੰਨੀਆਂ ਵੀ ਮੰਗਾਂ ਹੈਗੀਆਂ ਨੇ ਉਹ ਜਾਇਜ਼ ਮੰਗਾਂ ਸਾਰੀਆਂ ਮੰਨੀਆਂ ਜਾਣਗੀਆਂ। ਅੱਜ ਜੋ ਕੁਛ ਮੰਗਾਂ ਸੀਗੀਆਂ ਉਹਨਾਂ 'ਤੇ ਸਹਿਮਤੀ ਦੇ ਦਿੱਤੀ ਗਈ ਆ, ਅਤੇ ਜਿਹੜੀਆਂ ਹੋਰ ਵੀ ਕਿਸਾਨਾਂ ਦੀਆਂ ਮੰਗਾਂ ਨੇ, ਅਸੀਂ ਤਾਂ ਚਾਹੁੰਦੇ ਹਾਂ ਕਿ ਕਿਸਾਨ ਸਾਡੇ ਪੰਜਾਬ ਦੇ ਵਿੱਚ ਕਿਸਾਨੀ ਅੱਗੇ ਜਾਵੇ, ਪੰਜਾਬ ਦੇ ਕਿਸਾਨ ਵੀ ਤਰੱਕੀ ਕਰਨ। ਸੋ ਉਸਦੇ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਪਾਣੀ ਨੂੰ, ਪੰਜਾਬ ਦੀ ਹਵਾ ਨੂੰ ਅਸੀਂ ਜਿਹੜਾ ਹੈਗਾ ਉਹ ਫਿਰ ਤੋਂ ਜਿਸ ਤਰ੍ਹਾਂ ਪਹਿਲਾਂ ਪੰਜਾਬ ਕਿਹਾ ਜਾਂਦਾ ਸੀ ਉੱਦਾਂ ਦਾ ਬਚਾ ਸਕੀਏ, ਕਿਉਂਕਿ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ, ਕਿਉਂਕਿ ਪੰਜਾਬ 'ਚ ਜੋ ਪਾਣੀ ਦੀ ਨਿਚਲੇ ਸਤਰ ਦੀ ਜਿਹੜੀ ਸਥਿਤੀ ਹੈਗੀ ਆ ਉਹ ਇਹੀ ਦੱਸ ਰਹੀ ਹੈ ਇਸ ਵਕਤ ਕਿ 10 ਤੋਂ 15 ਸਾਲ ਤੱਕ ਪੰਜਾਬ ਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਇੱਦਾਂ ਰਹੇਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਾਨੂੰ ਆਪਣੀ ਖੇਤੀ ਦੇ ਢੰਗ, ਸਾਨੂੰ ਆਪਣੀ ਜਿਹੜੀ ਅਸੀਂ ਫਸਲਾਂ ਉਗਾ ਰਹੇ ਹਾਂ ਉਹ ਚੇਂਜ ਕਰਨੀਆਂ ਪੈਣਗੀਆਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੀ ਇਹ ਫੈਸਲੇ ਲੱਤੇ ਗਏ। ਲੱਗਦਾ ਹੈ ਕਿ ਜੇਕਰ ਹੁਣ ਜਿਹੜੀਆਂ ਮੰਗਾਂ ਕੁਛ ਮੰਨ ਲਈਆਂ ਗਈਆਂ, ਜਿਹੜੀਆਂ ਨਹੀਂ ਮੰਨੀਆਂ ਗਈਆਂ, ਤਾਂ ਜੇਕਰ ਸਹਿਮਤੀ ਸਰਕਾਰ ਨਾਲ ਨਹੀਂ ਬਣਦੀ ਕਿਸਾਨਾਂ ਦੀ, ਤਾਂ ਲੱਗਦਾ ਹੈ ਕਿ ਦਿੱਲੀ ਵਾਂਗੂ ਫਿਰ ਕਿਸਾਨ ਜਿਹੜੇ ਉੱਥੇ ਪੱਕਾ ਧਰਨਾ ਲਾਉਣਗੇ? ਨਹੀਂ ਜੀ, ਦੇਖੋ ਅਸੀਂ ਕਿਸਾਨਾਂ ਦੇ ਨਾਲ ਹਾਂ, ਅਸੀਂ ਖੁਦ ਕਿਸਾਨ ਹਾਂ, ਅਤੇ ਉਹ ਅਸੀਂ ਕਿਸਾਨਾਂ ਤੋਂ ਕੋਈ ਵੱਖਰੇ ਨਹੀਂ ਗਏ। ਅਗਰ ਅਸੀਂ MLA ਬਣ ਗਏ ਜਾਂ ਅਸੀਂ ਪਾਰਟੀ ਆ ਗਏ, ਅਸੀਂ ਖੁਦ ਕਿਸਾਨ ਹੀ ਹਾਂ, ਕਿਸਾਨ ਦੇ ਪਰਿਵਾਰਾਂ 'ਚੋਂ ਹੀ ਹਾਂ। ਸੋ ਇੱਦਾਂ ਦੀ ਕੋਈ ਗੱਲ ਨਹੀਂ ਹੋਏਗੀ। ਇਸ ਕਿਸਾਨ ਵੀ ਸਾਡੇ ਆਪਣੇ ਹੀ ਹੈ, ਸਾਡੇ ਬਜ਼ੁਰਗ ਹੈ, ਸਾਡੇ ਤਾਏ ਚਾਚੇ ਹੈ। ਸੋ ਜੋ ਵੀ ਉਹਨਾਂ ਦੀਆਂ ਜਾਇਜ਼ ਮੰਗਾਂ ਹੋਣਗੀਆਂ, ਜੋ ਵੀ ਪੰਜਾਬ ਦੇ ਹਿੱਤ ਦੇ ਲਈ ਹੋਣਗੀਆਂ, ਜ਼ਰੂਰ ਮੰਗੀਆਂ ਜਾਣਗੀਆਂ। ਅਸੀਂ ਪੰਜਾਬ ਦੇ ਵਿੱਚ ਪੰਜਾਬੀ ਹੋ ਕੇ, ਕਿਸਾਨ ਹੋ ਕੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਿਸਾਨ ਵੀਰ ਇੰਨੀ ਮਿਹਨਤ ਕਰਕੇ ਉਹ ਧਰਨਿਆਂ 'ਤੇ ਬੈਠਣ। ਸੋ ਇੱਦਾਂ ਦੀ ਨੌਬਤ ਸਾਡੀ ਪਾਰਟੀ ਨਹੀਂ ਆਉਂਦੇਗੀ। ਮੋਗਾ ਤੋਂ ਨਵਦੀਪ ਸਿੰਘ, ਜ਼ੀ ਮੀਡੀਆ।